ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸ਼ੀਰਾ ਬਣਬੋਰਾ ਭਾਈ ਸਾਰਿਆਂ ਨੂੰ ਬੇਨਤੀ ਹੈ ਅੱਜ ਇੱਜ਼ਤਾਂ ਦਾ ਸਵਾਲ ਪੈਦਾ ਹੋ ਗਿਆ ਅਸੀਂ ਤਾਂ ਜਾ ਰਹੇ ਹਾਂ ਗੱਡੀਆਂ ਖਿੱਚੀਆਂ ਦਿੱਲੀ ਨੂੰ ਭਾਈ ਇੱਜ਼ਤਾਂ ਦਾ ਸਵਾਲ ਹੈ ਉੱਥੇ ਕੁੜੀਆਂ ਕਤਰੀਆਂ ਵੀ ਨੇ ਉੱਥੇ ਬੱਚੇ ਵੀ ਨੇ ਉੱਥੇ ਬਜ਼ੁਰਗ ਵੀ ਰੁਲ ਗਈਆਂ ਜੇ ਇੱਜ਼ਤਾਂ ਪੱਕਾ ਰੁਲ ਗਈਆਂ ਫਿਰ ਕੋਈ ਫਾਇਦਾ ਨਹੀਂ ਆਉਣ ਦਾ 3 ਕਰੋੜ ਆਬਾਦੀ ਆ ਪੰਜਾਬ ਦੀ ਮਰਜੋ ਜਿਹੜੇ ਸੁਣਦੇ ਹੋ ਆਓ ਦਿੱਲੀ ਨੂੰ ਕੂਚ ਕਰ ਲਓ ਉੱਥੇ ਹਮਲਾ ਹੋਇਆ ਤੁਸੀਂ ਦੇਖੋ ਨੈੱਟ ਖੋਲ ਕੇ ਕੀ ਹਾਲ ਹੋਇਆ ਉੱਥੇ ਬੀਜੇਪੀ ਦੇ ਲੀਡਰ ਬਾਂਦਰ ਸੈਣਾ ਇਕੱਠੇ ਹੋ ਕੇ ਸਿੰਘੂ ਬਾਰਡਰ ਤੇ ਹਮਲਾ ਕੀਤਾ ਜੇ ਸਟੇਜਾਂ ਪੱਟਦੀਆਂ ਜੇ ਇੱਜ਼ਤਾਂ ਰੁਲ ਗਈਆਂ ਜੇ ਕਿਸਾਨ ਕੁੱਟੇ ਗਏ ਵਾਲਿਓ ਤੁਹਾਨੂੰ ਬੇਨਤੀ ਕਰਦੇ ਆ ਪਹੁੰਚੋ ਓਏ 5 ਘੰਟਿਆਂ ਦਾ ਰਾਹ 6 ਘੰਟਿਆਂ ਦਾ ਦਿੱਲੀ ਕੋਈ ਨਹੀਂ ਤੁਹਾਨੂੰ ਰਸਤੇ 'ਚ ਰੋਕਦਾ ਅਸੀਂ ਤੁਰੇ ਹੋਏ ਆ 2-3 ਘੰਟਿਆਂ ਦੇ ਅਸੀਂ ਕਰਨਾਲ ਕੋਲੇ ਪਹੁੰਚ ਗਏ ਅਸੀਂ ਖਿੱਚੀ ਜਾਂਦੇ ਹਾਂ ਗੱਡੀਆਂ ਓਏ ਬਾਈ ਆ ਜਾਓ ਯਾਰ ਪਹੁੰਚੋ ਅਸੀਂ ਕਿੱਡੇ ਕਿੱਡੀਆਂ ਅਸੀਂ ਲੜਾਈਆਂ ਲੜ ਲਈਆਂ ਅੱਜ ਵੱਡੀ ਲੜਾਈ ਹੈ ਅੱਜ ਸਾਡਾ ਅੰਦੋਲਨ ਸਿਰੇ ਤੇ ਪਹੁੰਚਿਆ ਹੋਇਆ ਆਓ ਪਹੁੰਚ ਬੇਨਤੀ ਕਰਦੇ ਹਾਂ ਅਸੀਂ ਸਾਰਾ ਕੁਛ ਕਰ ਸਕਦੇ ਹਾਂ ਜਿੰਨਾ ਇਕੱਠ ਵੱਧ ਹੋਊਗਾ ਹਰਿਆਣੇ ਵਾਲੇ ਜਿੰਨੇ ਵੀ ਸੁਣਦੇ ਨੇ ਸ਼ੇਅਰ ਕਰ ਦਿਓ ਸਾਰੇ ਪਹੁੰਚੋ ਵੱਧ ਤੋਂ ਵੱਧ ਉੱਥੇ ਇਕੱਠੇ ਹੋ ਕੇ ਉੱਥੇ ਨਾ ਸਾਡੀ ਪੁਲਿਸ ਹੈ ਨਾ ਸਾਡੇ ਲੋਕ ਨੇ ਬਗਾਨਾ ਮੁਲਕ ਹੈ ਅਸੀਂ ਬੈਠੇ ਹਾਂ ਉੱਥੇ ਪਰਾਏ ਸੋ ਤਗੜੇ ਹੋ ਕੇ ਆ ਜਾਓ ਵੀਰੇ ਜਿਹੜੇ ਸੁਣਦੇ ਹੋ ਕਰਦੇ ਹੋ ਟਰਾਲੀਆਂ ਕਾਰਾਂ ਟਰੈਕਟਰ ਜੀਪਾਂ ਮੋਟਰਸਾਈਕਲ ਤੁਹਾਡੇ ਕੋਲੇ ਸਾਰੇ ਸਾਧਨ ਨੇ ਜੇ ਅੱਜ ਮੇਰੀਆਂ ਭੈਣਾਂ ਮਾਵਾਂ ਨੂੰ ਮੈਂ ਬੇਨਤੀ ਕਰਦਾ ਜੇ ਅੱਜ ਤੁਸੀਂ ਆਪਦੇ ਨੌਜਵਾਨ ਪੁੱਤਾਂ ਨੂੰ ਘਰਾਂ 'ਚ ਡੱਕ ਲਿਆ ਅਸੀਂ ਵੀ ਕਿਸੇ ਦੇ ਪੁੱਤ ਹੈ ਸਾਡੇ ਵੀ ਜਵਾਕ ਨਾਲ ਆ ਜਾਓ ਯਾਰ ਖਿੱਚੋ ਗੱਡੀਆਂ ਵੀਰਾਂ ਘੱਤੋ ਦਿੱਲੀ ਨੂੰ ਅੱਜ ਸਾਨੂੰ ਅੱਜ ਉਹਨਾਂ ਦੇ ਮਨਾਂ 'ਤੇ ਕੀ ਬੀਤਦੀ ਹੋਊ ਜਿਹਨਾਂ ਨੂੰ ਘੇਰੇ ਪਏ ਹੋਏ ਨੇ ਉਹਨਾਂ ਦੇ ਮਨਾਂ 'ਤੇ ਕੀ ਹੋਊਗਾ ਅੱਜ ਆਓ ਦਿੱਲੀ ਨੂੰ ਖਿੱਚੋ ਗੱਡੀਆਂ ਅੱਜ ਵੀਰਾਂ ਘੱਤ ਦਿਓ ਦਿਖਾ ਦਿਓ 26 ਦੀ ਪਰੇਡ ਵਾਲੀ ਅੱਜ ਤੁਹਾਨੂੰ ਤੁਹਾਡੀ ਕੌਮ ਦੇ ਵਾਰ ਤੁਹਾਨੂੰ ਉੱਥੇ ਆਵਾਜ਼ਾਂ ਮਾਰਦੇ ਨੇ ਆਓ ਪਹੁੰਚੋ ਲੇਟ ਨਾ ਕਰਿਓ 5-6 ਘੰਟਿਆਂ ਦਾ ਰਾਹ ਵੀਰਿਓ ਖਿੱਚੋ ਗੱਡੀਆਂ ਜਿਹਦੇ ਕੋਲੇ ਜਿਹੜੀ ਤਾਕਤ ਆ ਪਹੁੰਚੋ ਨੌਜਵਾਨਾਂ ਵਾਲੇ ਯੂਨੀਵਰਸਿਟੀ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਯਾਰੋ ਅੱਜ ਸਮੇਂ ਨਾਲ ਖੜਨ ਦਾ ਅੱਜ ਵਕਤ ਹੈ ਸਾਨੂੰ ਆਵਾਜ਼ਾਂ ਮਾਰਦੇ ਨੇ ਸਾਡੇ ਆਪਦੇ ਜਿਹੜੇ ਉੱਥੇ ਬੈਠੇ ਨੇ ਉਹਨਾਂ ਦੇ ਕੀ ਬੀਤਦੀ ਆ ਆਓ ਪਹੁੰਚੋ ਵਾਰੀ ਵਾਰੀ ਬੇਨਤੀ ਕਰਦਾ ਤਗੜੇ ਹੋ ਕੇ ਪੰਜਾਬ ਤੋਂ ਵੀਰਾਂ ਘੱਤ ਦਿਓ ਆਓ ਸਾਰੇ ਤਗੜੇ ਹੋ ਕੇ ਬਚਾਈਏ ਕਿਸਾਨੀ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੀਆਂ ਮਾਵਾਂ ਬੈਠੀਆਂ ਧੀਆਂ ਧਿਆਣੀਆਂ ਬੈਠੀਆਂ ਉੱਥੇ ਉਹਨਾਂ ਦੀ ਇੱਜ਼ਤਾਂ ਉਹਨਾਂ ਦੀ ਆਬਰੂ ਉਹਨਾਂ ਦੇ ਸਾਰੇ ਕਾਸੇ ਦਾ ਸਵਾਲ ਹੈ ਤੁਹਾਨੂੰ ਗੁਰੂ ਸਾਹਿਬ ਦੀ ਸਹੁੰ ਲੈ ਕੇ ਆਓ ਕਿਰਪਾ ਕਰਕੇ ਦਿੱਲੀ ਆਓ।